ਫਾਜ਼ਿਲਕਾ ਦੇ ਸੁੰਦਰ ਆਸ਼ਰਮ ਦੇ ਵਿੱਚ ਆਯੋਜਿਤ ਹੋਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬੈਠਕ ਪੰਜਾਬ ਪ੍ਰਧਾਨ ਤੰਨਾ ਮਲ ਗੋਇਲ ਪਹੁੰਚੇ। ਫਾਜ਼ਿਲਕਾ ਦੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਇੱਕ ਬੈਠਕ ਸੁੰਦਰ ਆਸ਼ਰਮ ਦੇ ਵਿੱਚ ਸੰਪੰਨ ਹੋਈ, ਜਿਸ ਦੇ ਵਿੱਚ ਪੰਜਾਬ ਪ੍ਰਧਾਨ ਤੰਨਾ ਮਲ ਗੋਇਲ ਵੱਲੋਂ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ ਗਈ ਅਤੇ ਯੂਨੀਅਨ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਲਿੱਤੀ ਗਈ। ਇਸ ਮੌਕੇ 'ਤੇ ਉਹਨਾਂ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸਮੀਖਿਆ ਵੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਯੂਨੀਅਨ ਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ ਗਈ। ਫਾਜ਼ਿਲਕਾ ਦੇ ਸੁੰਦਰ ਆਸ਼ਰਮ ਦੇ ਵਿੱਚ ਆਯੋਜਿਤ ਹੋਈ ਬੈਠਕ ਦੇ ਵਿੱਚ ਜ਼ਿਲ੍ਹਾ ਭਰ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪਦਾਧਿਕਾਰੀ ਇਕੱਤਰਿਤ ਹੋਏ, ਜਿਨ੍ਹਾਂ ਵੱਲੋਂ ਪਿਛਲੀਆਂ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ ਗਈ। ਇਸ ਮੌਕੇ 'ਤੇ ਬਲਾਕ ਪ੍ਰਧਾਨ ਬਲਵਿੰਦਰ ਪਾਵੜਾ ਵਿਸ਼ੇਸ਼ ਰੂਪ 'ਚ ਉਪਸਥਿਤ ਹੋਏ, ਜਿਨ੍ਹਾਂ ਵੱਲੋਂ ਯੂਨੀਅਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਕੀ ਨਾਮ ਤੁਹਾਡਾ? ਹਾਂਜੀ, ਮੈਂ ਡਾਕਟਰ ਤੰਨਾ ਮਲ ਗੋਇਲ, ਸਟੇਟ ਪ੍ਰੈਜ਼ੀਡੈਂਟ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ। ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਮਨਾਇਆ ਜਾਂਦਾ? ਅੱਜ ਅਸੀਂ ਸਾਡੇ ਡਿਸਟ੍ਰਿਕਟ ਜਿਹੜਾ ਫਾਜ਼ਿਲਕਾ ਹੈ, ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦਾ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਹੈ, ਉਹਦਾ ਅੱਜ ਡੈਲੀਗੇਟ ਇਜਲਾਸ ਜਿਹੜਾ ਹੋਣ ਜਾ ਰਿਹਾ। ਅਸੀਂ ਇਹ ਡੈਲੀਗੇਟ ਇਜਲਾਸ ਜਿਹੜਾ ਕਿਸਾਨ ਅੰਦੋਲਨ ਦੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਸਮਰਪਿਤ ਕੀਤਾ। ਅਸੀਂ ਜਦੋਂ ਵੀ ਡੈਲੀਗੇਟ ਇਜਲਾਸ ਕਰਦੇ ਹਾਂ ਤਾਂ ਉਸ ਡੈਲੀਗੇਟ ਇਜਲਾਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ, ਬੀਤੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ, ਆਪਣੇ ਉਹਦੇ ਫੰਡਾਂ ਦੀ ਰਿਪੋਰਟ ਔਰ ਰਹਿ ਗਈਆਂ ਕਮੀਆਂ ਦੇ ਉੱਤੇ ਜਾਂ ਕੀਤੇ ਗਏ ਚੰਗੇ ਕੰਮਾਂ ਦਾ ਜਿਹੜਾ ਉਹ ਵਰਣਨ ਅਸੀਂ ਕਰਦੇ ਹਾਂ। ਔਰ ਪਿਛਲੇ ਸਮੇਂ ਤੋਂ ਲਗਾਤਾਰ ਸਾਡਾ ਡੈਮੋਕ੍ਰੇਟਿਕ ਜਿਹੜਾ ਸੈਟਅਪ ਹੈ, ਅੱਜ ਸਾਡੇ ਨਾਲ ਸਾਡੇ ਜਿਹੜੇ ਹੈਗੇ ਆ ਸੂਬਾ ਚਿੰਨ ਸਕੱਤਰ ਡਾਕਟਰ ਕੁਲਵੰਤ ਰਾਏ ਪੰਡੋਰੀ ਜੀ, ਸਾਡੇ ਵਿੱਤ ਸਕੱਤਰ ਜਿਹੜੇ ਆ ਐੱਚ ਐੱਸ ਰਾਣੂ ਜੀ, ਔਰ ਸਾਡੇ ਸੂਬਾ ਆਗੂ ਸੀ ਆਰ ਸ਼ੰਕਰ ਜੀ, ਔਰ ਪੂਰੀ ਜਿਹੜੀ ਹੈ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਔਰ 7 ਬਲਾਕਾਂ ਦੇ ਜਿਹੜੇ ਡੈਲੀਗੇਟ ਨੇ ਜਿਹੜੇ ਚੁਣੇ ਗਏ ਨੇ, ਉਹ ਚੁਣੇ ਗਏ ਡੈਲੀਗੇਟ ਅੱਜ ਦੇ ਇਸ ਪੂਰੀ ਬਹਿਸ ਦੇ ਵਿੱਚ ਜਿਹੜਾ ਭਾਗ ਲਿਆ ਉਹਨਾਂ ਨੇ। ਔਰ ਇਸੇ ਤਰ੍ਹਾਂ ਜਿਹੜੀ ਅੱਜ ਦੀ ਚੋਣ ਅਸੀਂ ਜ਼ਿਲ੍ਹੇ ਦੀ ਕਰਨੀ ਹੈ ਔਰ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੇ ਉੱਤੇ ਖਾਸ ਝਾਤ ਮਾਰਨੀ ਹੈ। ਅੱਜ ਦੇ ਸਾਡੇ ਇਸ ਇਜਲਾਸ ਦਾ ਮੁੱਖ ਜਿਹੜਾ ਏਜੰਡਾ ਹੈ ਉਹ ਸਾਡਾ ਏਜੰਡਾ ਨਸ਼ਿਆਂ ਦੀ ਜਿਹੜੀ ਭਰਮਾਰ ਹੈ ਉਸ ਦੇ ਉੱਤੇ ਸਮੇਂ ਦੇ ਵਿੱਚ ਅਸੀਂ ਸੈਮੀਨਾਰ ਜਿਹੜੇ ਕਰਦੇ ਰਹਿੰਦੇ ਹਾਂ, ਚਾਹੇ ਭਰੂਣ ਹੱਤਿਆ ਉਸ ਦੇ ਸੰਬੰਧ ਦੇ ਵਿੱਚ ਵੀ ਸੈਮੀਨਾਰ ਕਰਦੇ ਰਹਿੰਦੇ ਹਾਂ। ਔਰ ਪਿਛਲੇ ਸਮੇਂ ਦੇ ਵਿੱਚ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਸਾਡੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਆ ਵੱਡਾ ਯੋਗਦਾਨ ਪਾਇਆ, ਕਿਉਂਕਿ ਜਦੋਂ ਵੱਡੇ ਹਸਪਤਾਲ ਬੰਦ ਸੀ ਤਾਂ ਸਾਡੇ ਜਿਹੜੇ ਪ੍ਰੈਕਟੀਸ਼ਨਰ ਸਾਥੀ ਸੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਨੇ ਜਿਹੜੀਆਂ ਸਿਹਤ ਸੇਵਾਵਾਂ ਲਗਾਤਾਰ ਦਿੱਤੀਆਂ। ਔਰ ਇਸੇ ਤਰ੍ਹਾਂ ਹੁਣ ਜਿੱਦਾਂ ਕਿਸਾਨ ਅੰਦੋਲਨ ਹੈਗਾ, ਕਾਫੀ ਵੱਡਾ ਅੰਦੋਲਨ ਹੈ, ਵਿਸ਼ਵ ਅੰਦੋਲਨ ਹੈ, ਔਰ ਇਸ ਅੰਦੋਲਨ ਦੇ ਵਿੱਚ ਵੀ ਸਾਥੀਆਂ ਨੇ ਸਾਡਿਆਂ ਨੇ ਜਿਹੜੀਆਂ ਮੁੱਢਲੀਆਂ ਸਿਹਤ ਸੇਵਾਵਾਂ ਨੇ ਉਹ ਫ੍ਰੀ ਆਫ ਕੋਸਟ ਦਿੱਤੀਆਂ। ਔਰ ਬੇਸ਼ੱਕ ਉਹ ਪੰਜਾਬ ਦੇ ਵਿੱਚ ਧਰਨੇ ਚੱਲੇ, ਬੇਸ਼ੱਕ ਅੱਜ ਦਿੱਲੀ ਦੇ ਟਿਕਰੀ ਬਾਰਡਰ ਦਾ, ਸਿੰਘੂ ਬਾਰਡਰ ਦੇ ਹੈ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਲੱਗੇ ਧਰਨੇ ਨੇ, ਉਹਨਾਂ ਦੇ ਵਿੱਚ ਸਾਡੀ ਜਿਹੜੀ ਹੈ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਕੋਸ਼ਿਸ਼ ਨੂੰ ਜਾਰੀ ਰੱਖੀਏ। ਔਰ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਇਸ ਮੰਗ ਨੂੰ ਮੰਨੇ, ਇਹ ਕਾਨੂੰਨ ਰੱਦ ਕਰੇ, ਔਰ ਨਾਲੋਂ ਨਾਲ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ, ਪੰਜਾਬ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਮੱਦ ਨੰਬਰ 16 ਦੇ ਵਿੱਚ ਪਿਛਲੀ ਜਿਹੜੀ ਚੋਣ ਹੋਈ ਹੈ ਵਿਧਾਨ ਸਭਾ ਦੀ 2017 ਦੀ ਚੋਣ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਮੱਦ ਨੰਬਰ 16 ਦੇ ਉੱਤੇ ਚੋਣ ਮੈਨੂਫੈਸਟੋ ਦੇ ਵਿੱਚ ਪਾ ਕੇ ਮੱਦ ਨੂੰ ਮੰਨਿਆ ਗਿਆ ਸੀ ਸਾਡੀ ਮੰਗ ਨੂੰ, ਅਤੇ ਉਸ ਨੂੰ ਇੰਨ ਬਿੰਨ ਲਾਗੂ ਕਰੇ ਜਿੱਦਾਂ ਸਾਡੇ ਨਾਲ ਪ੍ਰੋਮਿਸ ਜਿਹੜਾ ਮੁੱਖ ਮੰਤਰੀ ਨੇ ਕੀਤਾ ਸੀ। ਜੇਕਰ ਸਾਡੀ ਮੰਗ ਜਿਹੜੀ ਹੈ ਸਰਕਾਰ, ਪੰਜਾਬ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੇ ਵਿੱਚ ਸਾਡੇ ਵਿਰੋਧ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਉਹ ਤਿਆਰ ਰਹੇ। ਕਿੰਨੇ ਸਾਥੀ ਮੌਜੂਦ ਸਨ? ਕਿੱਦਾਂ ਜੀ? 60 ਡੈਲੀਗੇਟ ਸੀ ਅੱਜ ਦੇ ਇਸ ਇਜਲਾਸ ਦੇ ਵਿੱਚ। ਸਾਡੇ ਦੇ ਵਿੱਚ 60 ਜਿਹੜੇ ਡੈਲੀਗੇਟ ਹੈ ਉਹ ਮੌਜੂਦ ਸੀ, ਕਿਉਂਕਿ ਸਾਡੇ 10 ਪਿੱਛੇ ਇੱਕ ਡੈਲੀਗੇਟ ਜਿਹੜਾ ਆ ਉਹ ਇਸ ਸਮੇਂ ਦੇ ਵਿੱਚ ਇਸ ਡੈਲੀਗੇਟ ਇਜਲਾਸ ਦੇ ਵਿੱਚ ਭਾਗ